ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਮੁੜ ਤੋਂ ਵੱਡੇ ਖੁਲਾਸੇ ਹੋਏ ਨੇ। ਜੀ ਹਾਂ, ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ, ਜਿਸ ਦਰਮਿਆਨ ਵੱਡੇ ਖੁਲਾਸੇ ਹੋਏ ਨੇ, ਜੋ ਵੀਡੀਓ ਬੀਤੇ ਦਿਨੀ ਅੰਮ੍ਰਿਤਪਾਲ ਦੇ ਜ਼ਰੀਏ ਰਿਲੀਜ਼ ਕੀਤੀਆਂ ਗਈਆਂ ਨੇ। ਜੀ ਹਾਂ, ਦੋ ਪਾਰਟਸ ਦੇ ਵਿੱਚ ਵੀਡੀਓ ਜੋ ਸਰਕੂਲੇਟ ਹੋਈ ਹੈ, ਜਿਸ ਨੂੰ ਲੈ ਕੇ ਲਗਾਤਾਰ ਸਾਈਬਰ ਟੀਮ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਕਿ ਆਖਿਰ ਇਸ ਦੇ ਪਿੱਛੇ ਦਾ ਸੱਚ ਕੀ ਹੈ। ਤੇ ਇਸ ਦੇ ਵਿੱਚ ਸਾਹਮਣੇ ਇਹ ਨਿਕਲ ਕੇ ਆਇਆ ਕਿ 28 ਤਰੀਕ, ਯਾਨੀ ਕਿ ਕੱਲ 29 ਤਰੀਕ ਸੀ, 29 ਤਰੀਕ ਨੂੰ ਇਹ ਵੀਡੀਓ ਰਿਲੀਜ਼ ਕੀਤੀ ਗਈ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਹ ਵੀਡੀਓ ਬਣਾ ਲਈ ਗਈ ਸੀ। ਤੇ ਬਣਾਉਣ ਤੋਂ ਬਾਅਦ ਇਹ ਵੀ ਜੋ ਆ ਸਾਹਮਣੇ ਖਬਰ ਆ ਰਹੀ ਹੈ ਕਿ ਇਹ ਵੀਡੀਓ ਯੂਪੀ ਜਾਂ ਫਿਰ ਉੱਤਰਾਖੰਡ ਦੇ ਵਿੱਚ ਬਣਾਈ ਹੋ ਸਕਦੀ ਹੈ। ਜੀ ਹਾਂ, ਜੋ ਵੀਡੀਓ ਸ਼ੂਟ ਕੀਤੀ ਗਈ ਹੈ ਉਹ ਜਾਂ ਤਾਂ ਯੂਪੀ ਜਾਂ ਫਿਰ ਉੱਤਰਾਖੰਡ ਦੇ ਵਿੱਚ ਸ਼ੂਟ ਕੀਤੀ ਗਈ ਹੈ, ਅਤੇ ਨਾਲ ਹੀ ਜਿੱਥੋਂ ਵੀਡੀਓ ਲਾਈਵ ਕੀਤੀਆਂ ਗਈਆਂ ਜਾਂ ਵੀਡੀਓ ਜਿੱਥੋਂ ਰਿਲੀਜ਼ ਕੀਤੀਆਂ ਗਈਆਂ, ਅਪਲੋਡ ਕੀਤੀਆਂ ਗਈਆਂ, ਉਸ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋਏ ਨੇ। ਜੀ ਹਾਂ, ਸਾਈਬਰ ਟੀਮ ਦੇ ਵੱਲੋਂ ਲਗਾਤਾਰ ਜਾਂਚ ਪੜਤਾਲ ਜੋ ਇਸ ਦੇ ਵਿੱਚ ਕੀਤਾ ਜਾ ਰਿਹਾ ਕਿ ਆਖਿਰ ਜੋ ਵੀਡੀਓ ਹੈ ਉਹ ਕਿਸ ਥਾਂ ਤੋਂ ਰਿਲੀਜ਼ ਕੀਤੀ ਗਈ ਸੀ, ਅਤੇ ਇਸ ਦੇ ਵਿੱਚ 3 IP ਐਡਰੈਸ ਦੀ ਜਾਣਕਾਰੀ ਮਿਲੀ ਹੈਗੀ। ਦੱਸਿਆ ਜਾ ਰਿਹਾ ਕਿ ਫੋਰਨ ਤੋਂ ਇਹ ਵੀਡੀਓਜ਼ ਰਿਲੀਜ਼ ਕੀਤੀਆਂ ਗਈਆਂ ਨੇ, ਅਪਲੋਡ ਕੀਤੀਆਂ ਗਈਆਂ ਨੇ। ਹਾਲਾਂਕਿ ਜਦੋਂ ਇਹ ਵੀਡੀਓ ਇੱਕ ਚੈਨਲ ਤੋਂ ਯੂਟਿਊਬ ਚੈਨਲ ਤੋਂ ਜਦੋਂ ਇਹ ਵੀਡੀਓ ਲਾਈਵ ਹੁੰਦੀ ਹੈ ਤਾਂ ਲਾਈਵ ਹੁੰਦੇ ਸਾਰੇ ਲੋਕਾਂ ਦੇ ਵੱਲੋਂ ਵੀਡੀਓਜ਼ ਡਾਊਨਲੋਡ ਕਰ ਲਈਆਂ ਜਾਂਦੀਆਂ ਨੇ, ਅਤੇ ਤੁਰੰਤ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ, ਜੋ ਆ ਇਸ ਟਵਿੱਟਰ ਇਸ ਯੂਟਿਊਬ ਚੈਨਲ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਅਤੇ ਹੁਣ ਇਸ ਦੇ ਵਿੱਚ ਇਹ ਵੀ ਖੁਲਾਸੇ ਹੋ ਰਹੇ ਨੇ ਕਿ ਜੋ ਵੀਡੀਓ ਹੈ ਉਹ UK, ਲੰਡਨ ਜੋ ਆ ਇਹਨਾਂ ਥਾਵਾਂ ਤੋਂ ਰਿਲੀਜ਼ ਕੀਤੀਆਂ ਗਈਆਂ ਨੇ। ਜੀ ਹਾਂ, 3 IP ਐਡਰੈਸ ਇਸ ਦੇ ਵਿੱਚ ਜੋ ਪੁਲਿਸ ਦੇ ਹੱਥ ਲੱਗੀ ਹੈ ਕਿ ਕੈਨੇਡਾ, UK ਅਤੇ ਨਾਲ ਹੀ ਦੁਬਈ ਦੇ ਵਿੱਚੋਂ ਇਹ ਵੀਡੀਓਜ਼ ਰਿਲੀਜ਼ ਜਾਂ ਫਿਰ ਲਾਈਵ ਕੀਤੀਆਂ ਗਈਆਂ ਨੇ। ਅਤੇ ਹੁਣ ਇਸ ਨੂੰ ਲੈ ਕੇ ਵੀ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਆਖਿਰ ਅੰਮ੍ਰਿਤਪਾਲ ਸਿੰਘ ਹੈ ਕਿੱਥੇ। ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ, ਹਾਲਾਂਕਿ ਵੀਡੀਓ ਰਿਲੀਜ਼ ਕਰਨ ਤੋਂ ਬਾਅਦ ਤੋਂ ਹੀ ਜਦੋਂ ਖਬਰ ਆ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਸਰੈਂਡਰ ਕਰ ਸਕਦਾ, ਉਸ ਤੋਂ ਬਾਅਦ ਤੋਂ ਹੀ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਾਕੇਬੰਦੀ ਜਿਹੜੀ ਹੈਗੀ ਉਹ ਕੀਤੀ ਗਈ ਹੈ। ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਉੱਥੇ ਵੀ ਨਾਕੇਬੰਦੀ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਤਾਂ ਜੋ ਪਿੰਡ ਹੈਗੇ ਉਹਨਾਂ ਨੂੰ ਸੀਲ ਕਰਕੇ ਲਗਾਤਾਰ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਸ਼ਾਇਦ ਅੰਮ੍ਰਿਤਪਾਲ ਇੱਥੇ ਹੀ ਹੋਵੇ। ਹਾਲਾਂਕਿ ਕਈ ਸਵਾਲ ਇਸ ਦੇ ਵਿੱਚ, ਜਦੋਂ ਵੀਡੀਓ ਰਿਲੀਜ਼ ਹੁੰਦੀ ਹੈ ਤਾਂ ਵੀਡੀਓ ਰਿਲੀਜ਼ ਹੋਣ ਦੇ ਸਾਰੀ ਜੋ ਸਮਰਥਕ ਨੇ ਉਹਨਾਂ ਦੇ ਵੱਲੋਂ ਫਿਰ ਤੋਂ ਕਈ ਸਵਾਲ ਚੁੱਕੇ ਜਾਂਦੇ ਨੇ। ਸਵਾਲ ਇਹ ਚੁੱਕੇ ਜਾਂਦੇ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਰਿਲੀਜ਼ ਕੀਤੀ ਗਈ ਹੈ, ਜਿਸ ਤਰੀਕੇ ਦਾ ਅੰਮ੍ਰਿਤਪਾਲ ਨਜ਼ਰ ਆ ਰਿਹਾ, ਅੰਮ੍ਰਿਤਪਾਲ ਵਾਕਈ 'ਚ ਉਸ ਤਰੀਕੇ ਦਾ ਹੈ ਨਹੀਂ ਹੈ। ਯਾਨੀ ਕਿ ਨਾ ਤਾਂ ਅੰਮ੍ਰਿਤਪਾਲ ਕਿਸੇ ਦੇ ਨਾਲ ਜੋ ਆ ਨਜ਼ਰ ਮਿਲਾ ਰਿਹਾ, ਯਾਨੀ ਕਿ ਇੱਦਾਂ ਲੱਗ ਰਿਹਾ ਕਿ ਕੋਈ ਉਸ ਨੂੰ ਡਰਾ ਧਮਕਾ ਕੇ ਵੀਡੀਓ ਬਣਾ ਰਿਹਾ, ਅਤੇ ਨਾਲ ਹੀ ਉਸਦੇ ਉਹ ਡਰਾ ਸਹਿਮਾ ਜਿਹਾ ਲੱਗ ਰਿਹਾ ਇਹ ਸਮਰਥਕਾਂ ਦਾ ਕਹਿਣਾ ਹੈ। ਲਗਾਤਾਰ ਸੋਸ਼ਲ ਮੀਡੀਆ 'ਤੇ ਜੇਕਰ ਗੱਲ ਕਰੀਏ, ਜਦੋਂ ਵੀਡੀਓ ਰਿਲੀਜ਼ ਕੀਤੀ ਜਾਂਦੀ ਹੈ ਤਾਂ ਲੋਕਾਂ ਦੇ ਵਿੱਚ, ਸਮਰਥਕਾਂ ਦੇ ਵਿੱਚ ਲਗਾਤਾਰ ਹੀ ਉਸ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਹੈ, ਅਤੇ ਉਸ ਨੂੰ ਲੈ ਕੇ ਰਿਐਕਸ਼ਨਸ ਵੀ ਦਿੱਤੇ ਜਾਂਦੇ ਨੇ, ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੀ ਹੁਣ ਜੋ ਸਰਚ ਆਪਰੇਸ਼ਨ 'ਤੇ ਜੁਟੀ ਹੋਈ ਹੈ। ਅਤੇ ਨਾਲ ਹੀ ਉਸਦੇ ਨਾਲ ਪੱਪਲਪ੍ਰੀਤ ਦੀ ਵੀ ਗੱਲ ਕਰ ਲਈ, ਕਿਉਂਕਿ ਜਿੰਨੀਆਂ ਵੀ CCTV ਫੁਟੇਜ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪੱਪਲਪ੍ਰੀਤ ਨਾਲ ਜ਼ਰੂਰ ਨਜ਼ਰ ਆਇਆ, ਅਤੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਉਸ 'ਤੇ ਵੀ ਸ਼ਿਕੰਜਾ ਜਿਹੜਾ ਹੈਗਾ ਉਹ ਕੱਸਿਆ ਜਾ ਰਿਹਾ ਕਿ ਉਸ ਨੂੰ ਵੀ ਫੜਿਆ ਜਾਵੇ, ਕਿਉਂਕਿ ਉਹ ਇੱਕ ਮੀਡੀਆ ਇੰਚਾਰਜ ਹੈ।
ਉਸ ਦੇ ਨਾਲ ਹੀ ਜੋ ਵੀ ਕੋਈ ਵੀ ਕੰਮ ਕਰਨਾ ਹੁੰਦਾ, ਜੋ ਵੀ ਕੋਈ ਇਹਨਾਂ ਦੀ ਪਲੈਨਿੰਗ ਹੁੰਦੀ ਹੈ, ਅੰਮ੍ਰਿਤਪਾਲ ਹੋਣਾ ਦੀ ਕੋਈ ਪਲੈਨਿੰਗ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਪੱਪਲਪ੍ਰੀਤ ਹੀ ਹੈ ਜੋ ਕਿ ਇਸ ਦੀ ਅਪਰੂਵਲ ਦਿੰਦਾ ਕਿ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਕੀਤਾ ਜਾਣਾ ਚਾਹੀਦਾ ਹੈ। ਤਾਂ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜੋ ਵੀਡੀਓ ਰਿਲੀਜ਼ ਕੀਤੀਆਂ ਗਈਆਂ ਨੇ ਬੀਤੇ ਦਿਨੀ ਅੰਮ੍ਰਿਤਪਾਲ ਦੀਆਂ, ਤਾਂ ਹੁਣ ਉਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਤੇ ਲਗਾਤਾਰ SSP ਦੇ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਜੇਕਰ ਤੁਸੀਂ ਕਿਸੇ ਨੂੰ ਵੀ ਜੋ ਅੰਮ੍ਰਿਤਪਾਲ ਵਰਗਾ ਦਿਖਦਾ, ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਹੈ ਜਾਂ ਪੱਪਲਪ੍ਰੀਤ ਹੈ ਜਾਂ ਫਿਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ, ਤਾਂ ਤੁਸੀਂ ਸਾਨੂੰ ਯਾਨੀ ਅੰਮ੍ਰਿਤਸਰ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਜੋ ਉਹਨਾਂ ਨੂੰ ਇਸ ਦੇ ਵਿੱਚ ਸਹਿਯੋਗ ਮਿਲ ਸਕੇ, ਕਿਉਂਕਿ ਹਜੇ ਵੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਲਈ ਸਰਚ ਆਪਰੇਸ਼ਨ ਜਾਰੀ ਹੈ। ਲਗਾਤਾਰ ਅੰਮ੍ਰਿਤਪਾਲ ਨੂੰ ਫੜਨ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਤੇ ਹੁਣ ਜਦੋਂ ਵੀਡੀਓ ਰਿਲੀਜ਼ ਕੀਤੀ ਜਾਂਦੀ ਅੰਮ੍ਰਿਤਪਾਲ ਦੇ ਵੱਲੋਂ, ਤਾਂ ਉਸ ਦੇ ਵਿੱਚ ਅੰਮ੍ਰਿਤਪਾਲ ਦੇ ਵੱਲੋਂ ਕਿਹਾ ਜਾਂਦਾ ਹੈ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਵੀ ਕਈ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਨੇ ਉਸ ਦੇ ਵੱਲੋਂ। ਜਦੋਂ ਖਬਰ ਆਈ ਸੀ ਮੀਡੀਆ ਦੇ ਵਿੱਚ ਖਬਰ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਹੁਣ ਸਰੈਂਡਰ ਕਰ ਸਕਦਾ, ਲੇਕਿਨ ਉਸ ਦੀਆਂ ਕੁਝ ਸ਼ਰਤਾਂ ਨੇ ਤੇ ਸ਼ਰਤਾਂ ਇਹ ਸੀਗੀਆਂ ਕਿ ਜੇਕਰ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੈਨੂੰ ਜੋ ਆ ਇਹ ਦਿਖਾਇਆ ਜਾਵੇ ਕਿ ਮੈਂ ਸਰੈਂਡਰ ਕੀਤਾ ਹੈ, ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਜੀ ਉਹਦੀ ਸ਼ਰਤ ਇਹ ਸੀ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ, ਮੈਨੂੰ ਕਿਤੇ ਬਾਹਰ ਜਾਂ ਫਿਰ ਅਸਾਮ ਦੇ ਵਿੱਚ ਨਾ ਭੇਜਿਆ ਜਾਵੇ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੀ ਰੱਖਿਆ ਜਾਵੇ। ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਜੇਕਰ ਮੈਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਤਾਂ ਫਿਰ ਮੇਰੇ ਨਾਲ ਕੋਈ ਵੀ ਕੁੱਟਮਾਰ ਨਾ ਕੀਤੀ ਜਾਵੇ। ਤੇ NSA ਦੀ ਵੀ ਗੱਲ ਜਿਹੜੀ ਹੈਗੀ ਇੱਥੇ ਆਉਂਦੀ ਹੈ ਕਿ NSA ਜੋ ਉਹਨਾਂ 'ਤੇ ਲਾਇਆ ਗਿਆ ਉਹ ਵੀ ਹਟਾ ਦਿੱਤਾ ਜਾਵੇ। ਤਾਂ ਲਗਾਤਾਰ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਆ ਰਹੀ ਹੈ। ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ 360 ਸਿੱਖ ਨੌਜਵਾਨਾਂ ਦੇ ਵਿੱਚੋਂ 348 ਨੂੰ ਰਿਹਾ ਵੀ ਕਰ ਦਿੱਤਾ। ਇਹ ਵੀ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਜਦੋਂ ਅੰਮ੍ਰਿਤਪਾਲ 'ਤੇ ਐਕਸ਼ਨ ਹੁੰਦਾ ਤਾਂ ਐਕਸ਼ਨ ਤੋਂ ਬਾਅਦ ਲਗਾਤਾਰ ਜਿਹੜੇ ਉਸ ਦੇ ਨਾਲ ਜੋ ਸਾਥੀ ਹੁੰਦੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਜਿਨ੍ਹਾਂ ਨੂੰ ਅਸੀਂ ਹਿਰਾਸਤ ਦੇ ਵਿੱਚ ਲਿਆ ਉਹਨਾਂ ਨੂੰ ਅਸੀਂ ਛੱਡ ਦੇਵਾਂਗੇ, ਉਹਨਾਂ ਨੂੰ ਅਸੀਂ ਅਲਰਟ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦੇਵਾਂਗੇ। ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ 360 ਜਿਹੜੇ ਮੁਲਜ਼ਮ ਸੀਗੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੇ ਵੱਲੋਂ ਵੀ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਹਮੇਸ਼ਾ ਹੀ ਪੰਜਾਬ ਦੇ ਨਾਲ ਚੱਟਾਨ ਬਣ ਕੇ ਹੈਗਾ, ਪਾਰਟੀ ਤੋਂ ਉੱਪਰ ਹਟ ਕੇ, ਕਿਉਂਕਿ ਇੱਕ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਤਾਂ ਫਿਰ ਪਾਰਟੀ ਤੋਂ ਉੱਪਰ ਹਟ ਕੇ ਸਾਨੂੰ ਜਿਹੜਾ ਹੈਗਾ ਕੰਮ ਕਰਨਾ ਪੈਂਦਾ ਤੇ ਪੰਜਾਬ ਜੋ ਵੀ ਕਰ ਰਹੀ ਬਿਲਕੁਲ ਸਹੀ ਕਰ ਰਹੀ ਹੈ, ਪੰਜਾਬ ਸਰਕਾਰ ਦੇ ਵੱਲੋਂ ਜੋ ਕੀਤਾ ਜਾ ਰਿਹਾ ਬਿਲਕੁਲ ਸਹੀ ਕੀਤਾ ਜਾ ਰਿਹਾ ਤੇ ਮੈਂ ਚੱਟਾਨ ਬਣ ਕੇ ਉਹਨਾਂ ਦੇ ਨਾਲ ਹੈਗਾ, ਹਰ ਚੀਜ਼ ਦੇ ਵਿੱਚ ਮੈਂ ਉਹਨਾਂ ਦੇ ਨਾਲ ਹੈਗਾ, ਉਹਨਾਂ ਦਾ ਸਹਿਯੋਗ ਦੇਵਾਂਗਾ। ਤੇ ਹੁਣ ਵੱਡੀ ਖਬਰ ਇਹੀ ਹੈ ਕਿ ਅੰਮ੍ਰਿਤਪਾਲ ਦੀ ਵੀਡੀਓ ਜੋ ਬੀਤੇ ਦਿਨ ਰਿਲੀਜ਼ ਕੀਤੀ ਗਈ ਸੀ ਉਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਛੇਤੀ ਤੋਂ ਛੇਤੀ ਹੋ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਪਾਲ ਦੇ ਵੱਲੋਂ ਜੋ ਮੰਗ ਕੀਤੀ ਗਈ ਹੈ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਉਹ ਵੀ ਦੇਖਣਾ ਹੋਵੇਗਾ ਤੇ ਨਾਲ ਹੀ ਕਦੋਂ ਤੱਕ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਵੀ ਦੇਖਣਾ ਹੋਵੇਗਾ।